क्लास कोई होते क्लास पांच मिनट में खोटी का सुखिया बचन ताड़िया जद मल चुके लावे ताड़िया हुण इक वारे ਇਹਨਾਂ ਮੱਲਾਂ ਦੇ ਲਈ ਤਾੜੀਆਂ ਲਾ ਦੇ ਇਹ ਅੰਬਰਾ ਤੱਕ ਧਮਕ ਗੂੰਜਦੀ ਆ ਤੱਕ ਤੱਕ ਸੀਨਾ ਧੜਕੇ ਨਾਲ ਮਸਦੇ ਇੱਕਾਂ ਗੁੱਦੀਆਂ ਖੜਦੇ ਨੇ ਅੜ ਅੜ ਕੇ ਕਿ ਸਾਹ ਰੁਕ ਕੇ ਲੋਕੀ ਵੇਖਦੇ ਸੁੱਕਿਆਂ ਦੇ ਨਾਲ ਫੜ ਕੇ ਆ ਜੋਰਾਂ ਵਾਲੇ ਜੋਰ ਤੜਕਦੇ ਵਿੱਚ ਮਦਾਨ ਦੇ ਖੜਕੇ ਆ ਜੋਰਾਂ ਵਾਲੇ ਜੋਰ ਤੜਕਦੇ ਵਿੱਚ ਮਦਾਨ ਦੇ ਖੜਕੇ ਲਓ ਚਾਦੀ ਹੈ ਕੁਸ਼ਤੀ ਮੈਦਾਨ ਦੇ ਵਿੱਚ ਐਨਾ ਨੌਜਵਾਨਾਂ ਦਰਮਿਆਨ ਐਨਾ ਨੌਜਵਾਨਾਂ ਦਰਮਿਆਨ ਤਾੜੀਆਂ ਲਾ ਦੇ ਇੱਕ ਵਾਰ ਜ਼ੋਰਦਾਰ ਵਾਹ ਵੀ ਵਾਹ ਕਿ ਸ਼ੀਸ਼ੇ ਦੇ ਘਰ ਦਾ ਤੋਲੇ ਹਰ ਕੋਈ ਤੱਕਦਾ ਏ ਹਮ ਮੈਥੋਂ ਕੋਈ ਨਾ ਤੱਕਦਾ ਬੜੇ ਪੱਲੇ ਰੱਖਦਾ ਏ ਤੇ ਨਾਲ ਬਗਾਦੇ ਜੱਜ ਫਿਰ ਮਿੱਤਰੋ ਪੇਚੇ ਪੈਂਦੇ ਨੇ ਹੱਥ ਸ਼ੇਰਾਂ ਨਾਲ ਜੁੜਦੇ ਪੱਟ ਪੱਟਾਂ ਨਾਲ ਖੇਡਦੇ ਨੇ ਕਿ ਸ਼ੇਰ ਕਹਿਲ ਮਚਾਰੀ ਹੌਂਦੇ ਪੇੜ ਜੱਜ ਸਾਨਾ ਦੇ ਜੋਰ ਦਾ ਪਰਖੇ ਜਾਣੇ ਮਿੱਤਰੋ ਅੱਜ ਵਿੱਚ ਮੈਦਾਨਾ ਦੇ ਆ ਜੋਰ ਦਾ ਪਰਖੇ ਜਾਣੇ ਮਿੱਤਰੋ ਅੱਜ ਵਿੱਚ ਮੈਦਾਨਾ ਦੇ ਲਓ ਚਾਦੀ ਹੈ ਕੁਸ਼ਤੀ ਐਨਾ ਦੋ ਸੁਪਰਸਟਾਰ ਮੱਲਾ ਦੇ ਦਰਮਿਆਨ ਐਨਾ ਵੱਡੇ ਮੱਲਾ ਦੇ ਦਰਮਿਆਨ ਵੱਡਾ ਮੱਲ ਜੁੱਧ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਮਹਾਭਾਰਤ ਦਾ ਜੁੱਧ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਹਿੰਦੁਸਤਾਨ ਦੀ ਪੱਟੀ ਕੁਸ਼ਤੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਕਿ ਦਾਸਕਾ ਦੀ ਜਾਣਕਾਰੀ ਲਈ ਦੱਸਦੀ ਹੈ ਆ ਹਿੰਦੁਸਤਾਨ ਦੇ ਵਿੱਚ ਪਹਿਲੀ ਕੁਸ਼ਤੀ ਹੋ ਰਹੀ ਹੈ ਆ ਦਾਸਕਾ ਦੀ ਜਾਣਕਾਰੀ ਲਈ ਦੱਸਦੀ ਹੈ ਹਿੰਦੁਸਤਾਨ ਦੀ ਪਹਿਲੀ ਕੁਸ਼ਤੀ ਹੋ ਰਹੀ ਹੈ ਐਨਾ ਦੋਨਾਂ ਮੱਲਾਂ ਦੇ ਦਰਮਿਆਨ ਇੱਕ ਵਾਰ ਤਾੜੀਆਂ ਲਾ ਦੋ ਆ ਇਤਿਹਾਸ ਰਚਣਾ ਪਿੰਡ ਪਾਟੇ ਦੀ ਧਰਤੀ ਵਿੱਚ ਇਤਿਹਾਸ ਰਚਣਾ ਪਹਿਲੀ ਕੁਸ਼ਤੀ ਹੈ ਭਪਿੰਦਰ ਜਨਾਲਾ ਤੇ ਸਕੰਦਰ ਮਹਾਰਾਸ਼ਟਰ ਅੱਗੇ ਤੁਸੀਂ ਇਹ ਮਸਤਾਰ ਬਣੋ 100 ਰੁਪਏ ਲੱਗ ਗਿਆ ਜੇ ਕਹਿੰਦੇ ਸਕੰਦਰ ਜੇਤੂ ਹੋਏਗਾ ਆ ਸਕੰਦਰ ਨਾਲ ਭਪਿੰਦਰ ਵੱਧ ਵੱਡੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਐਨਾ ਨੌਜਵਾਨਾਂ ਦਰਮਿਆਨ ਐਨਾ ਨੌਜਵਾਨਾਂ ਦਰਮਿਆਨ ਕਹਿੰਦਾ ਪੜਨੇ ਬੜੇ ਔਖੇ ਨੇ ਉੱਡਦੇ ਸੱਪ ਸਾਏ ਦਾ ਲੱਕ ਸ਼ੇਰ ਦਾ ਲੱਕ ਕਬੂਤਰ ਚੀਨੇ ਆ ਫੜਨੇ ਬੜੇ ਔਖੇ ਨੇ ਉੱਡਦੇ ਸੱਪ ਸਾਏ ਦਾ ਲੱਕ ਸ਼ੇਰ ਦਾ ਲੱਕ ਕਬੂਤਰ ਚੀਨੇ ਆਉਂਦੇ ਮੱਲਾ ਦੇ ਪੱਟ ਦੇ ਲੱਕ ਵੀ ਫੜਨੇ ਔਖੇ ਹੁੰਦੇ ਨੇ ਲਓ ਚੱਲਦੀ ਹੋਈ ਕੁਸ਼ਤੀ ਆਓ ਬੱਲੇ 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 ਕਿ ਹੱਟ ਪਿੱਛੇ ਅੱਜ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਆਓ ਅੱਜ ਸਵਾਲ ਆਓ ਬੱਲੇ 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 ਆਹੋ ਆਹੋ ਹਮ ਨਯੋ ਦੇ ਸਾ ਮਾਤਾ ਸਾ ਦਾ ਤਰਿਆ ਤਾੜੀ ਨੇ ਤਾੜਾ ਮਾਰੋ ਅੱਜ ਜਤਾੜਾ ਮਾਰੋ ਕਹਿੰਦਾ ਜਦ ਲੋਹਾ ਕੱਢਦਾ ਲੋਹੇ ਨੂੰ ਫਿਰ ਭਾਂਬੜ ਮਚੇ ਚੰਗਿਆੜਿਆਂ ਦਾ ਹੋਰ ਰਾਜੇ ਖੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਮਾਰ ਦਿਓ ਲਲਕਾਰਾ ਹੁਣ ਹਾਂਜੀ ਭਾਈ ਲਲਕਾਰੇ ਦੇ ਵੀ ਤਾਂ ਹੀ ਬਚਦੇ ਜੇ ਅੰਦਰ ਕੁਛ ਹੋਵੇ ਬੜੀ ਚੋਟੀ ਦੀ ਕੁਸ਼ੀ ਰਾਜ ਚੱਲ ਰਹੀ ਆ ਮਾਹੀ ਜੀ ਰੈਫੀ ਕਰ ਰਹੇ ਨਾ 1,61,000 ਰੁਪਏ ਦੀ ਨਾਮੀ ਕੁਸ਼ੀ 1,00,000 ਰੁਪਈਆ ਜਿੱਤਣ ਵਾਲੇ ਪ੍ਰਵਾਨ ਨੂੰ 61,000 ਰੁਪਈਆ ਹਾਰਨ ਵਾਲੇ ਨੂੰ ਮਾਰ ਦੇ ਥੋੜਾ ਪ੍ਰਵਾਨਾਂ ਦੇ ਨਾਂ ਦੀਆਂ ਜ਼ੋਰਦਾਰ ਤਾੜੀਆਂ ਬੱਲੇ 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 ਵਾਹ ਵੀ ਵਾਹ ਕਹਿੰਦਾ ਕਰ ਤਪੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਚਾਵਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਚੰਗੀ ਜਿੱਤ ਹੁੰਦੀ ਏ ਕੇ ਚਾਲ ਬਾਣ ਦੀ ਸੰਗਤ ਚੰਗੀ ਤਾਰ ਦੇ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਭਲਵਾਨਾਂ ਨੂੰ ਕਿ ਚੰਗਿਆ ਜੋ ਉਸਤਾਦ ਕਿਸੇ ਦਾ ਵਖਤ ਪਾਵੇ ਤੂਫਾਨਾਂ ਨੂੰ ਅਮਨ ਦਿਉਣ ਵੀ ਕਰੇ ਸਲਾਮਾਂ ਚੁੱਕ ਚੁੱਕ ਕੇ ਭਲਵਾਨਾਂ ਨੂੰ ਤੇ ਅਮਨ ਦਿਉਣ ਵੀ ਕਰੇ ਸਲਾਮਾਂ ਚੁੱਕ ਚੁੱਕ ਕੇ ਭਲਵਾਨਾਂ ਨੂੰ ਵਾਕਿਆ ਮਾਲ ਆ ਸਲਾਮ ਕਰਨ ਯੋਗ ਨੇ ਆ ਸਲਾਮ ਕਰਨ ਯੋਗ ਨੇ ਜਿਹੜੇ ਮੈਦਾਨ ਦੇ ਵਿੱਚ
ਹੁਣ ਜੋਹਰ ਦਿਖਾ ਰਹੇ ਨੇ ਜਿਹੜੇ ਮੈਦਾਨ ਦੇ ਵਿੱਚ ਘੁੱਲਦੇ ਪਏ ਨੇ ਆ ਵੱਡੇ ਹਿੰਦੁਸਤਾਨ ਦੇ ਚੋਟੀ ਦੇ ਮਾਲਾ ਸਿਕੰਦਰ ਤੇ ਨਾਲ ਭੁਪਿੰਦਰ ਦਾ ਵੱਡਾ ਮਾਲਾ ਜੁੱਧ ਹੈ ਵੇਖੋ ਕੀ ਬਣਦਾ ਐ ਵੀ ਗੱਲ ਸਮੇਂ ਦੇ ਨਾਲ ਮੁੱਕਣੀ ਹੈ ਸਮੇਂ ਦੇ ਨਾਲ ਖਤਮ ਹੋਣੀ ਹੈ ਤਾਂ ਚੱਲਦੀ ਹੋਈ ਕੁਸ਼ਤੀ ਆਓ ਬੱਲੇ ਆਓ ਬੱਲੇ ਆਓ ਬੱਲੇ ਆਓ ਬੱਲੇ 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 ਹਾਂਜੀ ਸਾਡੀ ਸਮਾਜ ਅੰਦਰ ਕਮੇਟੀ ਉਹ ਵੀ ਇੱਥੇ ਆਈ ਹੈ ਜਿਹਨੇ 8 ਅਗਸਤ ਨੂੰ ਬਹੁਤ ਵੱਡਾ ਇਤਿਹਾਸਿਕ ਦੰਗਲ ਕਰਾਇਆ ਸੀ ਸਾਡੇ ਹਰਵਾਸੀ 22 ਪ੍ਰਧਾਨ ਦੰਗਲ ਕਮੇਟੀ ਸਮਾ ਜਿੱਥੇ ਮੋਨੂ ਦਿੱਲੀ ਪ੍ਰਦੀਪ ਸਪਲੈਂਡਰ ਦੀ ਕੁਸ਼ਤੀ ਹੋਈ ਸੀ ਬਿਨੀਆਂ ਜੰਮੂ ਅਤੇ ਪ੍ਰਿਤਪਾਲ ਠੁਗਾਲਾ ਦੀ ਕੁਸ਼ਤੀ ਹੋਈ ਸੀ ਹਾਂਜੀ ਹਲਕੀ ਹਲਕੀ ਢੋਲ ਅਤੇ ਡਗੇ ਦੀ ਵੀ ਆਵਾਜ਼ ਆ ਰਹੀ ਹੈ ਸੂਰਜ ਵੀ ਬਿਲਕੁਲ ਗਰੂਪ ਹੈ ਕੁਸ਼ਤੀ ਦਾ ਵੀ ਬੜਾ ਤਗੜਾ ਮੁਕਾਬਲਾ ਚੱਲ ਰਿਹਾ ਸਿਕੰਦਰ ਸ਼ੇਖ ਆਰਮੀ ਦਾ ਸੂਬੇਦਾਰ ਉੱਥੇ ਭੁਪਿੰਦਰ ਪਹਿਲਵਾਨ ਅਜਨਾਲਾ ਪੰਜਾਬ ਕਮਾਰ ਦੇ ਪੰਜਾਬ ਕੇਸਰੀ ਪੰਜਾਬ ਦੇ ਸਿੰਘਾਂ ਦਾ ਸ਼ਮਾਰ ਵਾਹ ਜੀ ਵਾਹ ਬਹੁਤ ਵੱਡੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਐਨਾ ਨੌਜਵਾਨਾਂ ਦਰਮਿਆਨ ਐਨਾ ਨੌਜਵਾਨਾਂ ਦਰਮਿਆਨ ਤੇ ਮੈਗੀਆਂ ਨਾ ਕਦੇ ਨਹੀਂ ਭਲਵਾਨ ਰੱਜਦੇ ਹਮ ਮਿੱਤਰੋ ਜਹਾਜ਼ਾਂ ਨੂੰ ਨਹੀਂ ਰੋੜੇ ਵੱਜਦੇ ਤੇ ਕਦੇ ਨਾ ਮੇਰਾ ਕੁਮਰੇ ਅੱਡ ਡਿਗਰੀ ਆ ਚੋਰਾ ਮੁਰੇ ਅੜਦੇ ਤੇ ਜਿੰਦੇ ਸੋਹਣਿਆ ਆ ਮਾਮਾ ਦੀ ਜੋ ਸ਼ਾਦੀ ਵਿੱਚੋਂ ਮਿਲਦੀ ਦਲੇਰੀ ਆ ਪੈਂਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਆ ਪੈਂਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਆ ਮਾਮਾ ਦੇ ਬਲੀ ਪੁੱਤ ਨੇ ਜਿਹੜੇ ਮੈਦਾਨ ਦੇ ਵਿੱਚ ਘੁੱਲਦੇ ਪਏ ਨੇ ਜਿਹੜੇ ਮੈਦਾਨ ਦੇ ਵਿੱਚ ਘੁੱਲਦੇ ਪਏ ਨੇ ਵੱਧ ਵੱਡੀ ਕੁਸ਼ਤੀ ਹਿੰਦੁਸਤਾਨ ਦੀ ਪਹਿਲੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਚੱਲਦੀ ਪਈ ਹੈ ਵੱਡੀ ਕੁਸ਼ਤੀ ਹਿੰਦੁਸਤਾਨ ਦੇ ਵਿੱਚ ਇਤਿਹਾਸ ਰਚਿਆ ਜਾਣਾ ਹੈ ਇੱਕ ਪਾਸੇ ਸਿਕੰਦਰ ਤੇ ਦੂਜੇ ਪਾਸੇ ਭੁਪਿੰਦਰ ਹੈ ਵੱਧ ਸਿਰੇ ਦੀ ਵੱਡੀ ਕੁਸ਼ਤੀ ਚੱਲਦੀ ਹੋਈ ਐਨਾ ਮੱਲਾ ਦਰਮਿਆਨ ਐਨਾ ਮੱਲਾ ਦਰਮਿਆਨ ਤੇ ਮੱਝਾਂ ਸਾਲ ਸਾਲ ਚੁੱਕੀਆਂ ਨੇ ਪੂਰੀਆਂ ਮਾਂ ਨੇ ਕੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਆ ਜਦ ਲਾਈ ਦਾ ਗਰਾਊਂਡ ਵਿੱਚ ਗੇੜਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਨਾ ਬੋਲਦਾ ਸਪੀਕਰਾਂ ਤੇ ਮੇਰਾ ਐਵੇਂ ਨਹੀਂ ਤਰੀਫਾਂ ਹੁੰਦੀਆਂ ਆ ਮੱਲ ਵਾਕਿਆ ਕਾਬਲੇ ਤਰੀਫ ਨੇ ਆ ਮੱਲ ਕਾਬਲੇ ਤਰੀਫ ਨੇ ਜਿਹੜੇ ਮੈਦਾਨ ਦੇ ਵਿੱਚ ਦੌੜ ਦਿਖਾ ਰਹੇ ਨੇ ਜਿਹੜੇ ਮੈਦਾਨ ਦੇ ਵਿੱਚ ਘੁੱਲਦੇ ਪਏ ਨੇ ਤਾੜੀਆਂ ਲਾ ਦੋ ਵਾਹ ਵੀਰ ਦੀਪਕ ਜੀ ਖੇ ਬੱਲੇ 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 ਆਓ ਬੱਲੇ 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 ਖੇ ਪੱਟ ਵੇਖ ਕੇ ਮਾਂ ਨੂੰ ਪੁੱਤ ਕਹਿੰਦਾ ਕਿ ਮਾਂ ਮੈਨੂੰ ਲੋਕੀ ਪ੍ਰਵਾਨ ਕਹਿੰਦੇ ਪਤਾ ਜਦ ਲੱਗਦਾ ਨਹੀਂ ਜਦ ਜੱਫੇ ਪਵਾਨਿਆਂ ਨਾਲ ਪੇ ਜਾਂਦੇ ਕਿ ਮਾਂ ਮੈਨੂੰ ਲੋਕੀ ਪ੍ਰਵਾਨ ਕਹਿੰਦੇ ਗੱਲ ਵਿੱਚ ਗਾਨੀ ਦੇ ਕੰਨਾਂ ਵਿੱਚ ਮੰਦਰਾ ਥੱਲੇ ਬਹਿ ਗਿਆ ਹਰ ਮਿੱਤਰਾਂ ਤੋਂ ਗੋਡੀਆਂ ਲਵਾ ਕੇ ਮਾਂ ਮੈਨੂੰ ਲੋਕੀ ਪ੍ਰਵਾਨ ਕਹਿੰਦੇ ਭਾਈ ਮਾਹੀ ਦੇ ਨਾਂ ਦੀਆਂ ਸਾਰੀ ਪਾਟਾ ਨਗਰ ਕਮੇਟੀ ਦੇ ਨਾਂ ਦੀਆਂ ਦਿਲ ਖੋਲ ਕੇ ਜ਼ੋਰਦਾਰ ਤਾਲੀਆਂ ਮਾਰ ਦਿਓ ਭਾਈ ਤਾਲੀਆਂ ਲਾ ਦਿਓ ਭਾਈ ਮਾਹੀ ਦੇ ਨਾਂ ਦੀਆਂ ਭਾਈ ਜਿਹਨੇ ਐਡੇ ਐਡੇ ਸੁਪਰ ਮਾਲੇ ਆਓ ਬੱਲੇ 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 ਮੁੰਡਾ ਫੈਬੀ ਕੋਲ ਹੁੰਗਾ ਆ ਮੁੰਡਾ ਮੇਰੇ ਲੱਗ ਚੰਬੜਦਾ ਜਾਵੇ ਆ ਮੁੰਡਾ ਕਹਿੰਦੇ ਫੈਬੀ ਕੋਲ ਵਰਗਾ ਭਾਈ ਦਰਸ਼ਕੋ ਇਹ ਆਉਂਦਾ ਸਵਾਦ ਤੇ ਤਾੜੀਆਂ ਲਾ ਦੋ ਕਹਿੰਦਾ ਸੱਪ ਨੂੰ ਸੱਪ ਲੜੇ ਫਿਰ ਵਿਸ਼ਕੇ ਨੂੰ ਚੜੇ ਆ ਉਸ ਸਾਹਿਬ ਦੀ ਕੁਸ਼ਤੀ ਮੈਦਾਨ ਦੇ ਵਿੱਚ ਚੱਲਦੀ ਹੋਈ ਇਸ਼ੂ ਕੁਸ਼ਤੀ ਪਾ ਦੇ ਦੋ ਨੇ ਬਹੁਤ ਵਧੀਆ ਸਟੇਡੀਅਮ ਔਰ ਬਹੁਤ ਵੱਡਾ ਖਾਲਾ ਜਿੱਥੇ 5-5 ਕੁਸ਼ਤੀਆਂ ਲਗਾਤਾਰ ਚੜੀਆਂ ਖਾਸ ਕਰਕੇ ਜਿਹੜੇ ਸਾਡੇ ਤੁਸੀਂ ਜੰਮੂ ਦੇ ਪਹਿਲਵਾਨ ਹੋ ਜਦ ਵੀ ਕੋਈ ਚਾਹੇ ਡੰਗਰ ਛੋਟਾ ਹੈ ਚਾਹੇ ਵੱਡਾ ਹੈ ਟਾਈਮ ਦੇ ਖੜੇ ਵਿੱਚ ਐਂਟਰ ਹੋ ਜਾਇਆ ਕਰੋ ਕਮੇਟੀ ਵੀ ਕਰਾ ਸਕਦੀ ਹੈ ਜਾਂ ਤੁਸੀਂ 3-4 ਪਾ ਜਾਂਦੇ ਬਾਅਦ ਵਿੱਚ ਆਉਂਦੇ ਹੋ ਠੀਕ ਹੈ ਨਾ ਜੀ ਆਪਣੀ ਕਮੇਟੀ ਦੀਪਕ ਜੀ ਬੋਲਣ ਆਓ ਬੱਲੇ 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 ਤਾੜੀਆਂ ਲਾ ਦੋ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ 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 ਬੱਲੇ
ईश्वर भगवान जी दुआ में मिट्टी पावे। अगली कुश्ती करनी होनी है वो भी नामी कुश्ती है, दोनों माल तैयार भाई तैयार रह गए। बिनिया जम्मो ते कीर्ति बड़े वाला बाबा जी, दस मिनट का समय बीत चुके हैं बाबा जी, बाबा फरीद जी इधर दस मिनट का कुश्ती का समय जरा बीत 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 अभी नोट करते जाओ माही के। हाँ जी बाबा जी आदर नोट करो, वीर बंबर नो पेंड सुनिया दे विच बहुत बड़ा दंगल होने जा रहा है भाई, जिथे बड़ी कुश्ती प्रदीप स्पलेंडर प्रतमल फगवाड़ा नाल प्रणिया जम्मो, दूजी कुश्ती छोटा मोनू दिल्ली, आ नोट करो दूजी कुश्ती प्रणिया जम्मो ते छोटा मोनू दिल्ली दे दरम्यान होगी, बड़ी कुश्ती प्रदीप स्पलेंडर जिंदपुर नाल प्रतपाल फगवाड़ा होगी, 20 नवंबर पिंड सुनियाल की धरती विच बहुत बड़ा विशाल दंगल होने जा रहा है। लाओ जनों दस समा 10 मिनट का बीत चुका है, लाओ समा आगे चलता होया 20 मिनट का समा दिता होया, लाओ घड़िया जड़िया बड़ी तेज रफ्तार दे नाल चलदियां पईयां ने, ताड़ियां ला दे कलार जोरदार, निशु मिट्टी पा दे मिट्टी, वाह वी वाह, बहुत बड़ी कुश्ती चल रही है। ये कुश्ती कितने महाराष्ट्र में होंगी ना, मैं खड़े में बैठा माई जी, इस कुश्ती की एक एक साल पहले बुकिंग हो जाती है, बड़ी करमा की धरती है जितने हिंदुस्तान की टॉप नंबर की कुश्ती हो रही है। सिकंदर शेख महाराष्ट्र आर्मी का सूबेदार भुपिंदर जनाला कीर्ति पड़वा ते बिनिया जम्मू तैयार। हाँ बाबा फरीद जी आज ये कुश्ती महाराष्ट्र में होंगी, जिन्हिया कुर्सियां लगनिया सी एक कुर्सी की फीस 500 होनी सी, और 50 100 नहीं 500 कुर्सी बुक हो जानी सी, 5000 कुर्सी बुक होनी सी, एक कुर्सी महाराष्ट्र विच 5 लाख की कुर्सी होनी सी। ताड़ियां ला दो और पाटा जंगल दे लई जेड़ी आज तुहानू जम्मू की धरती पिंड पाटे के जंगल विच आ कुश्ती, पहली कुश्ती हो रही है हिंदुस्तान की, सिकंदर पहलवान ते भुपिंदर के दरमियान बड़ा मारा युद्ध हो रहा है, इन्हां दोनों मल्लां के दरमियान है कि नाम उन्हां दे चल जे और जिन्हां मल्लां मारियां ने कौन पुछदा उन्हां नूं यारा, जिन्हां बैठ के गल्लां मारियां ने ते नाल मेल दा विच आजादी सिरे कराए ने, मापे पिंड इलाके ना चमकाए ने कि सिरे गैन बजारी दुनिया ओना मनाई है कि नाल मेहनता होंदी यारा सदा चढ़ाई है, कि नाल मेहनता होंदी यारा सदा चढ़ाई है। टाइम बड़ा घट है ते कीर्ति दीपक जी भी कुछ शुरू करा दी है, बिनिया जम्मू ते दीपक पाड़ो आज गाजो भी कीर्ति वाले वाले बिनिया जम्मू, क्योंकि बहुत दूर दूर संगत आई है, कई बसा गड्डिया भी आई है, कोई पैदल भी चल के आई है, ऐसे समय का ध्यान आज भी दोनों ही माले भाई जी एक किन्ने दी है रौला पाई और कट दो आओ बल्ले 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 माही उधर जा जा माही कुश्ती वाले ध्यान दे क्योंकि जिम्मेवारी तेरी है बड़ी कुश्ती की, लाओ चालीस फीट कुश्ती मैदान दे विच ला दो ताड़ियां मिट्टी को आगे बढ़ाओ मिट्टी बाबा निशु प्राण जी केस कुश्ती दे रेफरी होंगे साडे चक सेरी वाले एक्स सरपंच कुलदीप सिंह, वाह जी वाह, और बाबा जी कुश्ती जड़ी है 1,51,000 दी होनी है, तालियां मारे एक बार जोरदार 1,50,000 1,50,000 दी कुश्ती
जेड़ी हुण मैदान दे विच शुरू लगी है साडे वर्गे जे 1.5 लाख गिणणगे मूंह दा थुक मुक जाणा है। आ 1.5 लाख दी कुश्ती 1,52,000 दी कुश्ती कीर्ती पहलवान बाडोवाल पेणिया चम्मो दे दरमियान होनी है। तोडी अगवाटा दुनिया फोटो है तोडी आप पेणिया दी बॉडी दी दुनिया फाड़ है ताड़ियां ला दो ते सोहणे लगदे ने गुंडे हो शरीर पहलवाना दे और जिथों दी भी लगदे चाचे होण जवाना दे और जिथों दी भी लंगण चाचे होण जवाना दे ताड़ियां ला दो। जंग बड़ी दुनिया की डिमांड एक जैंप ला के दस दे तेरे जैंप की दुनिया दीवानी है जित हार दा नी रखदा ख्याल बणिया शेरे गैर मत्ती मेर उस रब दी है कि फिट रहिंदा है सारा ही साल बणिया शेरे गैर मजारी बहुत वड्डी कुश्ती मैदान दे विच जिहड़ी शुरू होण लगी है इनाम राशि 1,51,000 दी है 1,51,000 दी जिहड़ी इनाम राशि कुश्ती दी होएगी। बहुत बहुत धन्यवाद दंगल कमेटी दा एकोंद में शरीफ हिंदा गज गज चौड़ियां मारदे ने डंड नाल खिच लाउण पौड़ियां के शेर टहल मचारी आ शान दंगला दी बणदे मेहनत दे नाल यारो सीने सदा तड़दे के मेहनत दे नाल यारो सीने सदा तड़दे। नौजले पासे बड़ा मल जुद भुपिंदर ने पक्की पकड़ रखी हुई है पक्के हाथ ने गोटे पाए हुए है बहुत वधिया कुश्ती मैदान दे विच चलदी हुई इन्हां दोनों नौजवानों दरमियान इस बिणिया वाली कुश्ती दे सरपंच साहब हुण गए रैफरी बाकी बाहर जो मैं कुलदीप सरपंच साहब नूं गुजारिश करूंगा माई जी कुश्ती शुरू करा दे समा बड़ा घट है ये संगत वास्ते लोग रियासी उधमपुर रामबन जम्मू कठुए बने बलौर बसोली तक आए थे ये भी 1,50,000 रुपये की कुश्ती है रेफरी होंगे साढ़े एम्स सरपंच जी कुलदीप सिंह वाह जी वाह बहुत वधिया वड्डा मुकाबला मैदान दे विच शुरू हो गया है बहुत वड्डी कुश्ती हिंदुस्तान दे वड्डे बल्लां दा वड्डा मल युद्ध शुरू हो गया है। आउदले पासे चलदी हुई कुश्ती मैदान दे विच भुपिंदर नाल सिकंदर शेख ते इक दूजे तो चढ़ गए ओ जद मैं बैठो जूती वाह भी वाह मार गए आ बल्ले 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 कहिंदा इक दूजे तो चढ़ के गबरू कारण फैसला अड़ के गबरू हाथ सीधे बाबे दिया मेरा दा कि आ इलाका बब्बर शेरा दा आ इलाका बब्बर शेरा दा बब्बर शेरा दा मैदान दे विच चलदा होया वड्डा मल जुद आ दो कुश्तियां
बड़ा मल युद्ध हो रहे ने अड्डे महाभारत के युद्ध हो रहे ने के चन्ना में तेरी चांदनी ते तू दीवा में तेरी लो के एक जान है तेरी मेरी ਵੇਖਣੂ ਆਪਾਂ ਦੋ ਇਹ ਇੱਕ ਜਾਨ ਹੈ ਤੇਰੀ ਮੇਰੀ ਵੇਖਣੂ ਆਪਾਂ ਦੋ ਨੌਚਾ ਦੀ ਹੁਕਮਸਤੀ ਮੈਦਾਨ ਦੇ ਵਿੱਚ ਨਾ ਨੌਜਵਾਨ ਦਾ ਦਰਮਿਆਨ ਹੈ ਸਿਰੇ ਦਾ ਵੱਡਾ ਮਲ ਜੁੱਧ ਲਾ ਮੈਦਾਨ ਦੇ ਵਿੱਚ ਵੱਡਾ ਮਲ ਜੁੱਧ ਚੱਲਦਾ ਹੋਇਆ ਐਨਾ ਨੌਜਵਾਨ ਦਾ ਦਰਮਿਆਨ ਹੈ ਕਿ ਜਿਨ੍ਹਾਂ ਕੀਤੀਆਂ ਮਿਹਨਤਾਂ ਉੱਠ ਤੜਕੇ ਕਿ ਜਿਨ੍ਹਾਂ ਕੀਤੀਆਂ ਮਿਹਨਤਾਂ ਉੱਠ ਤੜਕੇ ਮੁੱਲ ਪੈਂਦਾ ਹੈ ਵਿੱਚ ਮਦਾਨਾਂ ਦੇ ਉਹ ਕਿੱਲਿਆਂ ਦੇ ਵਿੱਚ ਭਿੜ ਜੁੜਦੇ ਜਦ ਪੇੜ ਹੁੰਦੇ ਨੇ ਸਾਨਾ ਦੇ ਜੇ ਘਰ ਛੱਡ ਕੇ ਖਾੜੇ ਵਿੱਚ ਰਹਿੰਦੇ ਆ ਵੱਡੇ ਜਿਗਰੇ ਵਿੱਚ ਜਵਾਨਾਂ ਦੇ ਆਮਨ ਡੇਰੇ ਬਾਬੇ ਨਾਨਕ ਔਰ ਜਿਨ੍ਹਾਂ ਮਾਰ ਗੁਰੂ ਦੀ ਚੱਲੀ ਹੈ ਉਹੀ ਖੜ ਦੇ ਮੁੜ ਤਫਾਨਾ ਦੇ ਉਹੀ ਮਾਰ ਦੇ ਮੁੜ ਤਫਾਨਾ ਦੇ ਹਾਂਜੀ ਮਾਹੀ ਕਿੰਨੇ ਮਿੰਟ ਖੁਸ਼ੀ ਹੋਈ ਆ ਬੋਲੋ ਇਹ ਆਸਾ ਆਸਾ ਫੇਰ ਖਾਈ ਦੇ ਮਾਣਾ हाजी भाई की फैसला हाँ भी माही की फैसला हुआ कुश्ती का दस दौ हाँ जी कुश्ती पॉइंट देगी एक लाख सिकंदर शेर जी बात सुन मैं हिंदी में बता दूंगा आपका कि आपकी कुश्ती 3 मिनट में जो टेक्निकल हदाब से पहला पॉइंट बनाएगा कुश्ती उसके खाते में हो जाएगी जो पहलवान जीतेगा 1,00,000 रुपया जेड़ा पहलवान हार गया 8,000 रुपया मोटा कोई नहीं पकड़ेगा रेफरी माही जी करेंगे बाजी बा भाई दर्शकों आप भी जो मेडल लेके आए ना कोना खिलाड़ी ने नाचे में जोरदार ताड़ियां बा भी बा ला दो जोरदार ताड़ियां भाई हिंदुस्तान की जो पहलवानी की गल करिए बहुत बड़ी पहलवानी हो गई है ओलंपिक के विच मेडल आओ भाई बल्ले 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 आओ नहीं और इसका ला दो ताड़ियां मिनट जोर लग जाना बाबा वाह पॉइंट की कुश्ती है कि जंग लड़न के वास्ते जोड़ा हर कमर है तैयार और जित हमेशा ओदी होंदी और जेड़ा पहला कार्जे बार और जित हमेशा ओदी होंदी भाई जेड़ा पहला बार कुश्ती पॉइंट दी है कुश्ती जित हार दी है आओ बल्ले 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 बहुत बढ़िया कुश्ती मैदान के बच्चे पॉइंट की कुश्ती दीपक का बहुत सारे नाम दे नाली हां समा माही नोट कर ली मेरा भरा ते ओ बल्ले 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 ला दो ताड़ियां इधर करती दे पेड़िए दे दरकार बहुत बड़ा मल जुद चलदा पे है बहुत बड़ा मल जुद चलदा पे है ते कहंदा रहंदी दुनिया सलामा फिर करती ਹੁੰਦਾ ਜਿਹੜੇ ਸ਼ਰੀਰਾਂ ਵਿੱਚ ਜੁੱਟ ਪਈ ਆਉਂਜ ਪੈਸੇ ਢੇਲੇ ਸਭ ਲੁੱਟ ਸਕਦਾ
ना मेहनत नु पावे कदे चोर जी आ चूरी मा दी ते हल्ला शेरी बापू दी हरिंदरा मारा गुरु दिया पेड़े तार लगे आ कंडे जमदे ही पिछे हुंदे कल्ले आ पीके नाल ते नाग मेरिया ने आउनिया मुबारकबाद जिथे इना बड़ा खुशी का भाई बैठ जाओ उधर 1.5 लाख रुपये का मुकाबला चल रहा बैठ जाओ भाई सारी संगत बैठ जाओ यार बैठ जाओ।